ਤੇ ਬ੍ਰੇਕ ਤੋਂ ਬਾਅਦ ਜੀ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਜੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਟੇਟਮੈਂਟ ਜਿਹੜੀ ਆਈ ਹੈ ਨਵੀਂ ਔਰ ਕੀ ਭਵਿੱਖ ਹੋਏਗਾ ਆਮ ਆਦਮੀ ਪਾਰਟੀ ਯਾਨੀ ਕਿ ਆਮ ਆਦਮੀ ਅਤੇ ਪਾਰਟੀ ਇਹ ਤਿੰਨ ਹੁਣ ਜਿਹੜੇ ਵਰਡਸ ਨੇ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੱਖ ਹੋ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਹੇਠ ਲਿਖੇ ਨੰਬਰ ਦੇ ਉੱਤੇ ਔਰ ਸੁਖਪਾਲ ਖਹਿਰਾ ਦੇ ਉੱਤੇ ਹੁਣ ਆਸ ਹੈਗੀ ਹੈ ਲੇਕਿਨ ਹੁਣ ਖੁਦ ਆਪ ਕਹਿ ਰਹੇ ਨੇ ਭਗਵੰਤ ਮਾਨ ਕਿ ਜੇਕਰ ਸੁਖਪਾਲ ਖਹਿਰਾ ਚਾਹੁੰਦੇ ਹਨ ਪੰਜਾਬੀਆਂ ਦਾ ਦਿਲ ਜਿੱਤਣਾ ਜਾਕਰ ਉਹ ਚਾਹੁੰਦੇ ਹਨ ਪੰਜਾਬੀਆਂ ਦੇ ਮਸਲਿਆਂ ਨੂੰ ਖਤਮ ਕਰਨਾ ਤਾਂ ਆਪਣੀ ਪਾਰਟੀ ਨੂੰ ਪਾਰਟੀ ਤੋਂ ਵੱਖ ਹੋਣ ਆਪਣੀ ਪਾਰਟੀ ਬਣਾਉਣ ਚੋਣ ਲੜਨ ਔਰ ਪੰਜਾਬੀਆਂ ਦੇ ਸਾਹਮਣੇ ਜਿੱਤ ਕੇ ਦਿਖਾਉਣ ਤਾਂ ਆਹ ਅੱਜ ਇੱਕ ਜਿਹੜੀ ਨਵੀਂ ਕੰਟਰੋਵਰਸੀ ਔਰ ਜਿਹੜਾ ਨਵਾਂ ਵਿਵਾਦ ਸ਼ੁਰੂ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਤਿੰਨੋਂ ਵਰਡ ਵਰਡਸ ਨੂੰ ਬੋਲ ਰਿਹਾ ਡਿਫਰੈਂਟ ਡਿਫਰੈਂਟ ਕੈਟਾਗਰਾਈਜ਼ ਕਰਿਆ ਲੇਕਿਨ ਤੁਸੀਂ ਵੀ ਕਰਨਾ ਲੇਕਿਨ ਉਸ ਤੋਂ ਪਹਿਲਾਂ ਆਪਾਂ ਮਿਸਟਰ ਸ਼ਰਮਾ ਦੇ ਨਵੀਨ ਸ਼ਰਮਾ ਜੀ ਉਹਨਾਂ ਦੇ ਆਪਾਂ ਕਮੈਂਟ ਜਾਣ ਲਈਏ ਇਹਨਾਂ ਦੇ ਓਪਨਿੰਗ ਕਮੈਂਟਸ ਇਸ ਮੁਤਲਕ ਜੀ ਮਿਸਟਰ ਸ਼ਰਮਾ ਦੇਖੋ ਕਿਰਤ ਜੋ ਆਮ ਆਦਮੀ ਪਾਰਟੀ ਦੇ ਨਾਲ ਜੋ ਕੁਛ ਵੀ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਉਹ ਆਪਣੀ ਪਾਰਟੀ ਦੇ ਨਾਲ ਜੋ ਕੁਛ ਵੀ ਕਰ ਰਹੇ ਨੇ ਇਟ ਇਜ਼ ਵੈਰੀ ਇੰਟਰਸਟਿੰਗ ਐਂਡ ਇਟ ਇਜ਼ ਲਾਈਕ ਅ ਬਾਲੀਵੁੱਡ ਫਿਲਮ ਸਟੋਰੀ ਬਾਲੀਵੁੱਡ ਫਿਲਮ ਸਕ੍ਰਿਪਟ ਬਿਕੋਜ਼ ਦ ਪਾਰਟੀ ਇਜ਼ ਫੇਸਿੰਗ ਲੋਟ ਆਫ ਕ੍ਰਾਈਸਿਸ ਪਾਰਟੀ ਦੇ ਵਿੱਚ ਡੇਲੀ ਕੁਛ ਨਾ ਕੋਈ ਨਵੀਂ ਕਹਾਣੀ ਕੋਈ ਨਵਾਂ ਕਰੈਕਟਰ ਸੁਣਨ ਨੂੰ ਮਿਲਦਾ ਕੋਈ ਨਵਾਂ ਟਵਿਸਟ ਆਇਆ ਹੁੰਦਾ ਉਹਨਾਂ ਦੀ ਸਕ੍ਰਿਪਟ ਵਿੱਚ ਪਿਛਲੇ ਕਈ ਦਿਨਾਂ ਤੋਂ ਜਿਹੜਾ ਸੁਖਪਾਲ ਖਹਿਰਾ ਨੂੰ ਹਟਾਏ ਜਾਣ ਤੋਂ ਬਾਅਦ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਆਪਸੀ ਬਿਆਨਬਾਜ਼ੀ ਦਾ ਉਹ ਹੁਣ ਇਸ ਲੈਵਲ ਤੱਕ ਆ ਗਿਆ ਕਿ ਅੱਜ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਨੀ ਪਈ ਭਗਵੰਤ ਮਾਨ ਨੂੰ ਪ੍ਰੈਸ ਕਾਨਫਰੰਸ ਕਿਉਂ ਕਰਨੀ ਪਈ ਲੈਟਸ ਐਨਾਲਾਈਜ਼ ਦਿਸ ਵਾਈ ਭਗਵੰਤ ਮਾਨ ਡਿਡ ਅ ਪ੍ਰੈਸ ਕਾਨਫਰੰਸ ਇਟ ਇਜ਼ ਅ ਐਕਸਰਸਾਈਜ਼ ਆਫ ਡੈਮੇਜ ਕੰਟਰੋਲ ਜੀ ਇਸ ਡੈਮੇਜ ਕੰਟਰੋਲ ਐਕਸਰਸਾਈਜ਼ ਦਾ ਹਿੱਸਾ ਹੈ ਉਹਨਾਂ ਨੂੰ ਇਹ ਲੱਗਿਆ ਕਿ ਸਾਡੀ ਪਾਰਟੀ ਦਾ ਮੋਰਾਲ ਘੱਟ ਹੋ ਜਾਏਗਾ ਸਾਡਾ ਵਰਕਰ ਟੁੱਟ ਜਾਏਗਾ ਸਾਡੇ ਲੋਕ ਸਾਡੇ ਲੋਕਾਂ 'ਤੇ ਸਾਡਾ ਜੋ ਟਰੱਸਟ ਸੀ ਜੋ ਵੱਡੇ ਵੱਡੇ ਅਸੀਂ ਵਾਅਦੇ ਕਰਕੇ ਆਏ ਸੀਗੇ ਪੀਪਲ ਵਿਲ ਸਟਾਰਟ ਟੇਕਿੰਗ ਅਸ ਫੋਰ ਗ੍ਰਾਂਟਡ ਸੋ ਭਗਵੰਤ ਮਾਨ ਕਮਸ ਇਨ ਦੀ ਪਿਕਚਰ ਨਾਓ ਐਂਡ ਹੀ ਡਜ਼ ਅ ਪ੍ਰੈਸ ਕਾਨਫਰੰਸ ਨਾਓ ਹੀ ਟਾਰਗੇਟਸ ਸੁਖਪਾਲ ਸਿੰਘ ਖਹਿਰਾ ਐਂਡ ਹੀ ਟਾਰਗੇਟਸ ਕੰਵਰ ਸੰਧੂ ਹੁਣ ਹੀ ਸੇਜ ਦਿਓ ਕਿ ਇਹਨਾਂ ਨੂੰ ਅਗਰ ਹਟਾਇਆ ਤਾਂ ਇਹਨਾਂ ਦੀ ਪੋਲੀਟੀਕਲ ਐਮਬੀਸ਼ਨ ਸੀਗੀਆਂ ਇਹ ਪਾਰਟੀ ਨੂੰ ਤੋੜਨਾ ਚਾਹੁੰਦੇ ਸੀਗੇ ਇਹਨਾਂ ਨੇ ਇੱਕ ਵੱਡੀ ਸਾਜਿਸ਼ ਕੀਤੀ ਇਟ ਇਜ਼ ਲਾਈਕ ਦਿਸ ਉੱਧਰ ਪਾਸੇ ਸੁਖਪਾਲ ਸਿੰਘ ਖਹਿਰਾ ਇਜ਼ ਰਿਐਕਟਿੰਗ ਟੂ ਦਿਸ ਪ੍ਰੈਸ ਕਾਨਫਰੰਸ ਹੀ ਸੇਜ਼ ਕਿ ਜੀ ਉਹ ਮੇਰੇ ਭਰਾ ਦੀ ਤਰ੍ਹਾਂ ਨੇ ਇਹਨਾਂ ਨੂੰ ਆਪਣੀ ਜ਼ਬਾਨ ਦਾ ਕੰਟਰੋਲ ਕਰਨਾ ਚਾਹੀਦਾ ਸੀ ਹੀ ਸ਼ੁੱਡ ਨਾਟ ਹੈਵ ਸੈਡ ਦਿਸ ਟੂ ਮੀ ਸੋ ਦਿਸ ਹੈਜ਼ ਕਮ ਟੂ ਦੈਟ ਲੈਵਲ ਸੁਖਪਾਲ ਸਿੰਘ ਖਹਿਰਾ ਨੇ ਜਿਸ ਤਰ੍ਹਾਂ ਕੱਲ੍ਹ ਅਸੀਂ ਯੂਕੇ ਵਾਲਾ ਫੋਨ ਕੀਤਾ ਕਈ ਲੋਕਾਂ ਨੇ ਪੋਜ਼ਿਟਿਵ ਫੋਨ ਕੀਤੇ ਦੇ ਵਰ ਆਲ ਪ੍ਰੇਜ਼ਿੰਗ ਸੁਖਪਾਲ ਖਹਿਰਾ ਐਟ ਦਿਸ ਪ੍ਰੋਗਰਾਮ ਵੀ ਆਰ ਨਾਟ ਪ੍ਰੇਜ਼ਿੰਗ ਹਿਮ ਔਰ ਵੀ ਆਰ ਨਾਟ ਕ੍ਰਿਟੀਸਾਈਜ਼ਿੰਗ ਹਿਮ ਲੈਟਸ ਐਨਾਲਾਈਜ਼ ਦੀ ਐਵਰੀ ਕਰੈਕਟਰ ਆਫ ਆਮ ਆਦਮੀ ਪਾਰਟੀ ਸੁਖਪਾਲ ਸਿੰਘ ਖਹਿਰਾ ਇਜ਼ ਦ ਮੋਸਟ ਵੋਕਲ ਪੋਲੀਟੀਕਲ ਲੀਡਰ ਆਮ ਆਦਮੀ ਪਾਰਟੀ ਹੈਜ਼ ਟੂਡੇ ਹੀ ਅਰਲੀਅਰ ਹੀ ਵਾਜ਼ ਵਿਦ ਕਾਂਗਰਸ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਵਿੱਚ ਚਿਹਰਾ ਕੀ ਸੀ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਸਾਰੇ ਮੁੱਦੇ ਜੁੜੇ ਸੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਬੜੇ ਜ਼ੋਰ ਸ਼ੋਰ ਨਾਲ ਚੱਕਦੇ ਸੀਗੇ ਇਫ ਯੂ ਰਿਮੈਂਬਰ ਤਾਂ ਰਾਣਾ ਗੁਰਮੀਤ ਸਿੰਘ ਵਾਲਾ ਜਿਹੜਾ ਐਪੀਸੋਡ ਹੋਇਆ ਆਫਟਰ ਦਿਸ ਕ੍ਰਾਈਸਿਸ ਹੈਪਨਡ ਰਾਣਾ ਗੁਰਮੀਤ ਦਿਸ ਮੈਨ ਵਾਸ ਡੂਇੰਗ ਸੁਖਪਾਲ ਸਿੰਘ ਖਹਿਰਾ ਇੱਕ ਟਵੀਟ ਕਰਕੇ ਉਹਨੂੰ ਅਨਡੈਮੋਕ੍ਰੈਟਿਕ ਤਰੀਕੇ ਨਾਲ ਬਿਲਕੁਲ ਰਾਣਾ ਗੁਰਮੀਤ ਸਿੰਘ ਉਹਨਾਂ ਨੂੰ ਆਪਣਾ ਅਸਤੀਫਾ ਦੇਣਾ ਪੈ ਗਿਆ ਆਈ ਟੈਲ ਯੂ ਲੈਟਸ ਫਾਈਂਡ ਆਊਟ ਦਿਸ ਮੈਂ ਥੋੜੀ ਜਿਹੀ ਕੈਪਟਨ ਅਮਰਿੰਦਰ ਸਿੰਘ ਦਿਸ ਮੈਨ ਇਸ ਫਾਈਂਡਿੰਗ ਅ ਸਰਵਾਈਵਲ ਜੀ ਦਿਸ ਮੈਨ ਇਸ ਫਾਈਂਡਿੰਗ ਇਸ ਇਟ ਇਜ਼ ਹਿਸ ਗੁੱਸਾ ਇਟ ਇਜ਼ ਹਿਸ ਫਰਸਟ੍ਰੇਸ਼ਨ ਇਹ ਕਿ ਮੈਨੂੰ ਹਟਾਇਆ ਕਿਉਂ ਨਾਓ ਵਟ ਹੀ ਡਜ਼ ਇਹਨੇ ਬਠਿੰਡਾ 'ਚ ਇੱਕ ਦਿਨ ਪ੍ਰੈਸ ਕਾਨਫਰੰਸ ਕਰ ਲਈ ਕਨਵੈਨਸ਼ਨ ਕਰ ਲਈ ਡਿਸੀਡੈਂਟਸ ਨੂੰ ਵਾਲੇ ਪਾਰਟੀ ਦੋ ਫਾੜ ਕਰਤੀ ਜੋ ਘਰ ਦਾ ਝਗੜਾ ਸੀ ਉਹ ਸੜਕ 'ਤੇ ਆ ਗਿਆ ਦੋ ਫਾੜ ਕਰਤੀ ਇਹਨੇ ਕਿਹਾ ਜੀ ਸਾਡੀ ਪਾਰਟੀ ਹੁਣ ਖੁਦ ਮੁਖਤਿਆਰ ਹੋਏਗੀ ਪੰਜਾਬ ਯੂਨਿਟ ਆਪਣੇ ਫੈਸਲੇ ਲਏਗੀ ਸਾਨੂੰ ਰਿਮੋਟ ਕੰਟਰੋਲ ਦੇ ਨਾਲ ਦਿੱਲੀ ਦੇ ਬੈਠੇ ਹੋਏ ਨੇਤਾ ਚਲਾਉਣ ਦੀ ਕੋਸ਼ਿਸ਼ ਨਾ ਕਰਨ ਜਿੱਦਾਂ ਪਹਿਲਾਂ ਇਲਜ਼ਾਮ ਲੱਗਦੇ ਰਹੇ ਸੀ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ 'ਤੇ ਕਿ ਇਹਨਾਂ ਨੇ ਆ ਕੇ ਟਿਕਟਾਂ ਦੇ ਦਿੱਤੀਆਂ ਇਹਨਾਂ ਨੇ ਆ ਕੇ ਇਹ ਕਰਤਾ ਅਸੀਂ ਪੰਜਾਬੀ ਹੁੰਦੇ ਹਾਂ ਅਣਖਵਾਲੇ ਹੁੰਦੇ ਹਾਂ ਸਾਨੂੰ ਕੋਈ ਸਮਝਾਏ ਨਾ ਸਾਨੂੰ ਕੋਈ ਸਾਡੇ ਕੰਮ 'ਚ ਉਂਗਲੀ ਨਾ ਕਰੇ ਲੈਟਸ ਪੁੱਟ ਇਟ ਦਿਸ ਵੇ ਇਹ ਐਟੀਟਿਊਡ ਹੈਗਾ ਪੀਪਲ ਆਰ ਲਾਈਕਿੰਗ ਇਸ ਐਟੀਟਿਊਡ ਕੱਲ੍ਹ ਦੇ ਟੈਲੀਫੋਨ ਕਾਲ ਜਿਹੜੇ ਯੂਕੇ ਤੋਂ ਆਏ ਲੋਕਾਂ ਨੇ ਸੋ ਲੈਟਸ ਸੀ ਵਟ ਨਾਰਥ ਅਮਰੀਕਾ ਪੀਪਲ ਹੈਵ ਟੂ ਸੇ ਔਨ ਦਿਸ ਵੀ ਆਮ ਗੈਟਿੰਗ ਅ ਕਾਲ ਸੋ ਇਹਨਾਂ ਦੇ ਵੀ ਕਾਲਸ ਲੈ ਲਈ ਆਪਾਂ ਆਪਣੇ ਸਾਰੇ ਵਿਊਅਰਸ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਸੁਧਾਰ ਪਾਉਣਾ ਮੁਸ਼ਕਲ ਇੱਥੇ ਜੀ ਜੀ ਹੈਲੋ ਜੀ 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 ਮੈਂ ਤਾਂ ਸੁਣ ਪਾ ਰਿਹਾ ਤੁਹਾਨੂੰ ਹਾਂਜੀ ਹਾਂ ਦੇਖੋ ਸੁਧਾਰ ਹੋਣਾ ਮੁਸ਼ਕਲ ਹੈ ਇੱਕ ਹੁੰਦਾ ਦੇਸ਼ ਦੇ ਪ੍ਰਤੀ ਪਿਆਰ ਵੀ ਅਸੀਂ ਕੁਛ ਕਰਨਾ ਹੈ ਇਹ ਤਾਂ ਬਸ ਇੱਕ ਡਰਾਮੇਬਾਜ਼ੀ ਹੈ ਵੀ ਹਰ ਇੱਕ ਨੂੰ ਨਾ ਆਪੋ ਆਪਣੀ ਪਈ ਹੋਈ ਹੈ ਜੀ ਜੀ ਕੋਈ ਬਾਹਰਲੇ ਦੇਸ਼ਾਂ ਤੋਂ ਕਹਿ ਰਿਹਾ ਸੀ ਇਹ ਕਰ ਦੇਣਗੇ ਉਹ ਪਰ ਕਿਸੇ ਨੇ ਕੁਛ ਨਹੀਂ ਜੀ ਕਰਨਾ ਹੈ ਜੀ ਜਦੋਂ ਤੱਕ ਲੋਕ ਨਹੀਂ ਨਾ ਜਾਗਰਤ ਹੁੰਦੇ ਆਪ 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 ਉਹਨਾਂ ਨੂੰ ਜਾਗਰਤ ਨਹੀਂ ਆਉਂਦੀ ਆਪ ਉਹ ਸੋਚ ਸਮਝ ਕੇ ਕਦਮ ਨਹੀਂ ਪੁੱਟਦੇ ਉਦੋਂ ਤੱਕ ਕੁਛ ਨਹੀਂ ਹੋਣਾ ਉੱਥੇ ਜੀ 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 ਇਹ ਤਾਂ ਲੁੱਟਾਂ ਪਈਆਂ ਹੋਈਆਂ ਨੇ ਲੋਕਾਂ ਨੂੰ ਜੀ ਮੈਂ ਬਣ ਜਾਵਾਂ ਮੈਂ ਖਾ ਲਵਾਂ ਉਹ ਕਹਿੰਦਾ ਮੈਂ ਖਾ ਲਵਾਂ ਖਾਂਦੇ ਆ ਰਹੇ ਨੇ ਖਾਂਦੇ ਹੀ ਜਾਣਾ ਜੀ ਪੱਕੇ ਇਹਨਾਂ ਨੂੰ ਇੰਨੀ ਜ਼ਰੂਰ ਉਹ ਬੇਨਤੀ ਹੈ ਵੀ ਜਿਹੜੇ ਸ਼ਹੀਦਾਂ ਦੇ ਨਾਂ ਦੇ ਅੱਗੇ ਵਰਤ ਰਹੇ ਇਹਨੂੰ ਵਰਤਣੇ ਚਾਹੀਦੇ ਕਿ ਉਹਨਾਂ ਦਾ ਦਰਜਾ ਬਹੁਤ ਉੱਚਾ ਹੈ ਜੀ ਇਹ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈ ਜੀ ਜੀ ਬਾਕੀ ਤੁਸੀਂ ਦਿਓ ਜੀ ਆਪਣੇ ਵਿਚਾਰ ਜੀ ਜੀ ਬਿਲਕੁਲ 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 ਥੈਂਕ ਯੂ
ਸੈਨ ਹੋਜੇ ਤੋਂ ਜੀ ਧਾਲੀਵਾਲ ਸਾਹਿਬ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਤੇ ਸ਼ਰਮਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਇਹ ਆ ਵੀ ਪੰਜਾਬ ਦੇ ਮਸਲੇ ਜਿਹੜੇ ਆ ਉਹ ਪੰਜਾਬ ਵਾਲਿਆਂ ਨੂੰ ਜ਼ਿਆਦਾ ਪਤਾ ਜਿਵੇਂ ਸਾਡੇ ਹਰਿਆਣਾ ਦੇ ਨਾਲ ਐਸ ਵਾਈ ਐਲ ਪਾਣੀ ਸਾਂਝਾ ਹੈ ਸਾਡਾ ਜੀ ਸਾਡਾ ਚੰਡੀਗੜ੍ਹ ਸਾਂਝਾ ਹੈ ਸਾਡੇ ਪੰਜਾਬੀ ਸਪੀਕਿੰਗ ਏਰੀਆ ਚ ਹੈ ਜੀ ਹੁਣ ਜਿਹੜਾ ਇਹ ਕੇਜਰੀਵਾਲ ਹੈ ਇਹ ਹਰਿਆਣਵੀ ਹੈ ਜੀ ਔਰ ਇਹ ਦਿੱਲੀ ਚ ਹੈ ਇਸ ਵੇਲੇ ਜਿਹੜਾ ਪਾਣੀ ਅਸੀਂ ਦਿੱਲੀ ਨੂੰ ਦਿੰਦੇ ਬਿਜਲੀ ਦਿੰਦੇ ਹਾਂ ਭਾਖੜਾ ਤੋਂ ਉਹ ਸਾਡੇ ਕੱਲ ਨੂੰ ਜੇ ਭਾਖੜਾ ਤੋਂ ਜੇ ਪੰਜਾਬ ਨੇ ਰੁੜ ਜਾਣਾ ਦਿੱਲੀ ਦਾ ਕੁਛ ਨੀ ਜਾਣਾ ਹਰਿਆਣੇ ਦਾ ਕੁਛ ਨੀ ਜਾਣਾ ਸਾਨੂੰ ਉਹਦਾ ਕੰਪਨਸੇਸ਼ਨ ਮਿਲਣਾ ਕਿ ਨਹੀਂ ਇਹਨੇ ਜਦੋਂ ਘੋਸ਼ਣਾ ਪੱਤਰ ਇਹਨਾਂ ਨੇ ਕਰਵਾਇਆ ਕੇਜਰੀਵਾਲ ਨੇ ਕਟਾ ਤਾ ਕਹਿੰਦਾ ਪਾਣੀ ਦਾ ਮਸਲਾ ਨਾ ਲਿਖੋ ਵਿੱਚ ਚੰਡੀਗੜ੍ਹ ਦਾ ਨਾ ਲਿਖੋ ਕਹਿੰਦੇ ਕਿਉਂ ਉਹ ਕਹਿੰਦੇ ਅਸੀਂ ਰਾਜਸਥਾਨ ਚ ਵੀ ਇਲੈਕਸ਼ਨ ਲੜਦੀ ਹਾਂ ਨਹੀਂ ਨਹੀਂ 90 ਸੀਟਾਂ ਲੜਨੀਆਂ ਹਰਿਆਣੇ ਦੀ 90 ਸੀਟਾਂ ਹਰਿਆਣੇ ਦੀ ਲੜਨੀ ਹੈ 2019 ਦੇ ਵਿੱਚ ਔਰ 11 ਸੀਟਾਂ ਲੜਨੀਆਂ ਜੀ ਇਹਨਾਂ ਨੇ ਮੈਂਬਰ ਆਪਣਾ ਪਾਰਲੀਮੈਂਟ ਯਾਨੀ ਕਿ MP ਦੀ ਭਗਵੰਤ ਮਾਨ ਹੈ ਇਹ ਇੱਕ ਜਗਲਰ ਹੈ ਇੱਕ ਪੰਡ ਹੈ ਇੱਕ ਕਮੇਡੀਅਨ ਹੈ ਹੈਲੋ ਇਹ ਜਿਹੜਾ ਨਾ ਇਹ ਜਦੋਂ ਖੜੇ ਹੋਣ ਦਾ ਟਾਈਮ ਸੀ ਅਨਡੈਮੋਕ੍ਰੇਟਿਕ ਵੇ ਦਾ ਉਹਨੂੰ ਲਾਇਆ MLA ਦੇ ਨਾਮ ਬਾਅਦ ਵਿੱਚ ਸਾਈਨ ਕਰਾਏ ਪਹਿਲੋਂ ਇਹਨਾਂ ਨੇ ਟਵਿੱਟਰ ਦੇ ਉੱਤੇ ਜਾਂ ਵਟਸਐਪ ਤੇ ਮੈਸੇਜ ਭੇਜਤਾ ਵਟਸਐਪ ਦੇ ਉੱਤੇ ਇਹਨਾਂ ਨੇ ਐਪਲੀਕੇਸ਼ਨ ਭੇਜਤੀ MLA ਨੂੰ ਕਿਹਾ ਸਾਈਨ ਕਰੋ ਉਹਦੇ ਚ ਅੱਧਿਆਂ ਨੇ ਕੀਤੇ ਅੱਧਿਆਂ ਨੇ ਨਹੀਂ ਕੀਤੇ ਔਰ ਹੈਲੋ ਡੈਮੋਕ੍ਰੇਟ ਉਹਨੇ ਫਿਰ ਉਹ ਜਿਹੜੀ ਕਨਵੈਨਸ਼ਨ ਕੀਤੀ ਉਹਦੇ ਵਲੰਟੀਅਰ ਸਾਰੇ ਪੰਜਾਬ ਦੇ ਵਲੰਟੀਅਰ ਇਹਦੇ ਪਿੱਛੇ 50,000 ਦਾ ਕੱਟ ਹੋਇਆ ਦੋ ਦਿਨਾਂ ਦੇ ਵਿੱਚ 24 ਨੂੰ ਲਾਇਆ 2 ਤਰੀਕ ਨੂੰ ਕਨਵੈਨਸ਼ਨ ਹੋਈ ਦੇਖੋ ਇਹ ਅੱਜ ਤੱਕ 500 ਇਹਨਾਂ ਦੇ ਬੰਦੇ 500 ਬੰਦਾ ਵੀ ਇਹਨਾਂ ਦੇ ਸਾਰੇ ਔਰ ਦਿਸ ਖਹਿਰਾ ਵਿਲ ਬੀ ਮੋਰ ਸਕਸੈਸਫੁਲ ਭਗਵੰਤ ਮਾਨ ਜਿਹੜਾ ਉਹ ਅਪਰਚੁਨਿਸਟ ਆ ਕੁਛ ਨੀ ਹੈ ਉਹ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵਿਚਾਰ ਤੁਸੀਂ ਆਪਣੇ ਸਾਡੇ ਨਾਲ ਸਾਂਝੇ ਕੀਤੇ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਉਹਨਾਂ ਦੇ ਵੀ ਕਾਲਸ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਕਲਾਰ ਬੋਲਦਾ ਐਵਲੀਨ ਟੈਕਸਸ ਤੋਂ ਜੀ ਕਲਾਰ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਭਗਵੰਤ ਮਾਨ ਤੇ ਬਹੁਤ ਵੱਡੀਆਂ ਆਸਾਂ ਸੀ ਪਰ ਜੀ ਰਜਨੀਸ਼ ਦੀ ਮੈਨੂੰ ਗੱਲ ਯਾਦ ਆਉਂਦੀ ਆ ਜੀ ਜਿੱਡਾ ਕੁ ਬੰਦਾ ਕੋਈ ਪੜ੍ਹਿਆ ਲਿਖਿਆ ਹੋਵੇ ਉੱਡਾ ਕੁ ਵੱਡਾ ਹੀ ਉਹ ਕੰਮ ਕਰ ਸਕਦਾ ਜੀ ਇਹ ਜਿਹੜੀ ਪੋਜੀਸ਼ਨ ਤੇ ਬਿਠਾਇਆ ਸੀ ਇਸ ਦੇ ਇਹ ਕਾਬਲ ਨਹੀਂ ਸੀ ਜੀ ਜਿੱਤੀ ਹੋਈ ਪਾਰਟੀ ਇਹਨੇ ਹਰਾਈ ਸਟੇਜਾਂ ਤੇ ਲੋਕਾਂ ਦੇ ਮੂੰਹੋਂ ਕਹਾਉਣਾ ਚਾਹੁੰਦਾ ਸੀ ਚੀਫ ਮਿਨਿਸਟਰ ਕੌਣ ਚੀਫ ਮਿਨਿਸਟਰ ਕੌਣ ਇਹ ਗਰੀਡੀ ਬੰਦਾ ਓਕੇ ਲੋਕਾਂ ਨੇ ਐਤਕੀ ਜਦੋਂ ਖਹਿਰੇ ਆਪਣੇ ਸੁਖਪਾਲ ਖਹਿਰੇ ਨੂੰ ਲਾਇਆ ਆ ਜਿਹੜੀ ਕਨਵੈਨਸ਼ਨ ਹੋਈ ਆ ਉੱਥੇ ਲੋਕਾਂ ਨੇ ਆ ਜਿਹੜਾ ਇਹਨਾਂ ਦਾ ਥੋੜਾ ਥੋੜਾ ਇਕੱਠ ਹੁੰਦਾ ਸੀ ਆਮ ਹਾਰੇ ਲੋਕ ਗਏ ਨੇ ਤੇ ਮੈਂ ਇਹ ਗੱਲ ਕਹਿਣਾ ਵੀ ਇਹ ਮਦਾਰੀ ਦੇ ਆਲੇ ਕੰਮ ਚ ਹੀ ਮਾਰ ਸੀ ਕਿਤੇ ਬੀਬੋ ਭੂਆ ਬਣ ਗਈ ਕਿਤੇ ਝੰਡਾ ਅਮਲੀ ਬਣ ਗਿਆ ਜਿਹੜੇ ਆਪਾਂ ਨਿੱਜੀ ਅਟੈਕ ਨਾ ਕਰੀਏ ਬਹੁਤ ਬਹੁਤ ਧੰਨਵਾਦ ਕਲਾਰ ਸਾਹਿਬ ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ ਮੇਰੇ ਨਾਲ ਬਹੁਤ ਸਾਰੀ ਕਾਲਸ ਜੁੜੀਆਂ ਹੋਈਆਂ ਤੁਸੀਂ ਕਿਊ ਦੇ ਵਿੱਚ ਰਹੇ ਹੋ ਮੈਂ ਫੋਨ ਕਾਲਸ ਤੁਹਾਡੀ ਦੇਖ ਪਾ ਰਿਹਾ ਕੱਟਿਓ ਨਾ
एवरीबडी हैज हिज ओन पोलिटिकल एंबिशंस, वो सारे नेता बनना चाहते हैं, सारे यह चाहते हैं कि सानू यह पोस्ट मिल जाए, सानू वो मिल जाए। पंजाब के जिहड़े असली मुद्दे सीगे जिन्हां नूं लैके वड्डियां वड्डियां इन्हां ने कहानियां सुनाईयां, उन्हां नूं किसे दा कोई लेना देना नहीं। अज भगवंत मान ने भी यही कहा कि सुखपाल खहरा नूं अगर हटाया तो की तकलीफ है, सुखपाल खहरा पार्टी की सेवा करन, पंजाब की सेवा करन, उन्हां नूं हुण पंजाब होण दा या पंजाबी होण दा हुण पता चलिया। हुण लैट्स ईवन आस्क एवरीबडी आस्क दिस कि सुखपाल खहरा हुण माइनिंग माफिया की गल क्यों नहीं करते, लैंड माफिया की गल क्यों नहीं करते, ड्रग्स की गल क्यों नहीं करते। हुण पिछले कई दिनों तो झगड़ा ही पिया कि मैं मैनू क्यों हटाता, दिस मैन इज जस्टिफाइड इन रेजिंग हिज वॉइस, आई एम नॉट अगेंस्ट इट, बट द काइंड ऑफ क्राइसिस हैज कम टू द रोड। तुसीं देखो इट्स एवरीथिंग इज हैपनिंग पंजाब दे विच, आम आदमी
ਆਦਮੀ ਪਾਰਟੀ ਅੱਜ ਜਿਹੜੇ ਮੁਕਾਮ ਤੇ ਜਿਹੜੇ ਦੁਰਾਹੇ ਤੇ ਆ ਕੇ ਖੜੀ ਹੈ ਇਹਦੇ ਆਪਣੇ ਨੇਤਾ ਹੀ ਜ਼ਿੰਮੇਦਾਰ ਨੇ ਸਾਰਿਆਂ ਦੀ ਆਪਸੀ ਲੜਾਈ ਅਣਖ ਹੋਏ ਜਾਂ ਆਪਣੀ ਈਗੋ ਹੋਏ ਲੇਕਿਨ ਜਿਹੜਾ ਹੁਣ ਤੀਲਾ ਉਹ ਤਾਂ ਜਿਹੜਾ ਝਾੜੂ ਹੈਗਾ ਉਹ ਤਾਂ ਤੀਲਾ ਤੀਲਾ ਹੋ ਚੁੱਕਿਆ ਬਿਖਰ ਚੁੱਕਿਆ ਹੁਣ ਉਹਨਾਂ ਨੂੰ ਸਮੇਟਣ ਦੀ ਕੋਸ਼ਿਸ਼ ਜਿਹੜੀ ਹੈ ਉਹ ਦਿੱਲੀ ਦੇ ਗਲਿਆਰਿਆਂ ਤੋਂ ਚੱਲਣੀ ਸ਼ੁਰੂ ਹੋ ਚੁੱਕੀ ਹੈ ਦਿੱਲੀ ਤੋਂ ਟੀਮ ਚੱਲਣੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਵਲੰਟੀਅਰਸ ਦੇ ਨਾਲ ਗੱਲ ਕਰ ਰਹੀ ਹੈ ਇਹ ਵੀ ਮੀਡੀਆ ਰਿਪੋਰਟ ਸਾਹਮਣੇ ਆਈ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ ਦਿੱਲੀ ਤੋਂ ਹੋਰ ਜਿਹੜੀਆਂ ਹੋਰ ਵੱਖ ਵੱਖ ਜਗ੍ਹਾ ਤੋਂ ਆ ਕੇ ਪੰਜਾਬ ਦੇ ਵਿੱਚ ਦੁਬਾਰਾ ਉਹ ਘੁਸਣੇ ਸ਼ੁਰੂ ਹੋ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਥੇ ਇਹ ਵੀ ਮੀਡੀਆ ਰਿਪੋਰਟ ਦੱਸਣ ਸੁਣਨ ਨੂੰ ਮਿਲ ਰਹੀ ਹੈ ਕਿ ਭਗਵੰਤ ਮਾਨ ਜਿਹੜੇ ਹੁਣ ਕ੍ਰਿਟੀਸਾਈਜ਼ ਕਰ ਰਹੇ ਨੇ ਕੰਵਰ ਸੰਧੂ ਨੂੰ ਜਾਂ ਫਿਰ ਸੁਖਪਾਲ ਖਹਿਰਾ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਆਪਣਾ ਲਾਲਚ ਹੈਗਾ ਕਿ ਉਹ ਵੀ ਪ੍ਰਧਾਨ ਅਹੁਦੇ ਤੇ ਉੱਤੇ ਵਾਪਸ ਆਉਣ ਔਰ ਆਮ ਆਦਮੀ ਪਾਰਟੀ ਨੂੰ ਜਿਹੜਾ ਝਾੜੂ ਇਹਨਾਂ ਦਾ ਤੀਲਾ ਤੀਲਾ ਹੋਇਆ ਹੋਇਆ ਉਹਨੂੰ ਸਮੇਟਣ ਤੁਹਾਨੂੰ ਕੀ ਲੱਗਦਾ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ।